ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ ਤੇ ਆਣ ਕੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਵਜ਼ੀਰ ਖਾਨ ਨੂੰ ਹਰਾਇਆ, ਉਹਦੀ ਲਾਸ਼ ਨੂੰ ਧੂ ਕੇ ਸਰਹੰਦ ਲੈ ਗਏ। ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਦੇ ਵਿੱਚ ਖੌਫ ਪੈਦਾ ਕਰਨ ਦੇ ਵਾਸਤੇ ਹਰ ਰੋਜ਼ ਦਿੱਲੀ ਦੀ ਧਰਤੀ ਤੇ 100 ਸਿੱਖ ਕਤਲ ਕੀਤਾ ਜਾਂਦਾ। ਬਾਬਾ ਇੰਨੇ ਸਿੱਖ ਕਤਲ ਕੀਤੇ ਜਾ ਰਹੇ ਸੀ, ਇੱਕ ਵੀ ਸਿੱਖ ਨੇ ਹਾਰ ਨਹੀਂ ਮੰਨੀ। ਉੱਥੇ 2-3 ਘਟਨਾਵਾਂ ਬੜੀਆਂ ਅਹਿਮ ਹੋਈਆਂ ਤੇ ਉਹ ਵਫਦ ਨੇ ਜਾ ਕੇ ਆਖਿਆ ਕਿ ਬੰਦਾ ਸਿੰਘ, ਅਸੀਂ ਸੁਣਿਆ ਤੂੰ ਕਰਾਮਾਤੀ ਆ ਤੇ ਹੁਣ ਤੂੰ ਰਹਿਣਾ ਤੇ ਹੈ ਨੀ ਦੁਨੀਆਂ ਤੇ, ਤੂੰ ਸਾਨੂੰ ਕੋਈ ਕਰਾਮਾਤ ਦਿਖਾ। ਬਾਬਾ ਅਜੇ ਸਿੰਘ ਦਾ ਕਲੇਜਾ ਜਲਾਦ ਨੇ ਤਿੱਖੀ ਛੁਰੀ ਦੇ ਨਾਲ ਚੀਰ ਕੇ ਬਾਹਰ ਕੱਢਿਆ ਤੇ ਤੜਫਦਾ ਕਲੇਜਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਨ ਦਿੱਤਾ ਗਿਆ। ਹਰ ਕਰਬਲਾ ਕੇ ਬਾਅਦ ਇਸਲਾਮ ਜਿੰਦਾ ਹੋਤਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਰਾਹ ਤੇ ਉਹੀ ਚੱਲ ਸਕਦਾ ਜਿਹੜਾ ਸੀਸ ਤੇ ਦੇ ਸਕਦਾ ਵਾ ਪਰ ਕਿਸੇ ਦੀ ਮਥਾਜੀ ਨਹੀਂ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਤਵਾਰੀਖ ਦੇ ਵਿੱਚ ਅੱਜ ਦਾ ਦਿਨ ਬਹੁਤ ਅਹਿਮ ਦਿਨ ਹੈ। ਅੱਜ ਦੇ ਦਿਨ ਹੀ ਸੰਨ 1716 ਦੇ ਵਿੱਚ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਹੋਰ ਸਾਥੀਆਂ ਨੂੰ ਦਿੱਲੀ ਦੀ ਧਰਤੀ 'ਤੇ ਬਹੁਤ ਸਖ਼ਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਉੱਤੇ ਇੱਥੇ ਇੱਕ ਆਜ਼ਾਦ ਸਿੱਖ ਰਾਜ ਕਾਇਮ ਕੀਤਾ। ਜਦੋਂ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਂਦੇੜ ਦੀ ਧਰਤੀ 'ਤੇ ਗਏ ਨੇ, ਨਾਂਦੇੜ ਦੀ ਧਰਤੀ 'ਤੇ ਗੋਦਾਵਰੀ ਨਦੀ ਦੇ ਕੰਢੇ 'ਤੇ ਉਹਨਾਂ ਨੂੰ ਮਾਧੋ ਦਾਸ ਬੈਰਾਗੀ ਮਿਲਦਾ ਜਿਹੜਾ ਕਿ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਡਿੱਗਦਾ ਅਤੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਮੁਤਾਬਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਡਿੱਗ ਕੇ ਉਸ ਨੇ ਆਖਿਆ ਸੀ, ਸੱਚੇ ਪਾਤਸ਼ਾਹ ਮੈਂ ਆਪ ਦਾ ਬੰਦਾ, ਬੰਦੇ ਤੋਂ ਭਾਵ ਆ ਗੁਲਾਮ, ਮੈਂ ਆਪ ਦਾ ਗੁਲਾਮ ਹਾਂ। ਕਲਗੀਧਰ ਪਾਤਸ਼ਾਹ ਜੀ ਨੇ ਉਸ ਨੂੰ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਦੀ ਦਾਤ ਦੇ ਕੇ ਨਾਮ ਦਿੱਤਾ ਸੀ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ਿੰਮੇਵਾਰੀ ਕਲਗੀਧਰ ਪਾਤਸ਼ਾਹ ਜੀ ਨੇ ਨਾਂਦੇੜ ਦੀ ਧਰਤੀ ਤੋਂ ਲਗਾਈ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਜਿਹੜੀ ਜ਼ੁਲਮ ਕਰਨ ਵਾਲੀ ਮੁਗਲਈਆ ਹਕੂਮਤ ਹੈ ਉਸ ਨੂੰ ਮੁੱਢ ਤੋਂ ਖਤਮ ਕਰ ਦੇਣਾ, ਉਸ ਦੀ ਇੱਟ ਦੇ ਨਾਲ ਇੱਟ ਖੜਕਾਉਣੀ ਆ ਅਤੇ ਉੱਥੇ ਇੱਕ ਇਹੋ ਜਿਹਾ ਰਾਜ ਕਾਇਮ ਕਰਨਾ ਜਿਹਦੇ ਵਿੱਚ ਸਾਰੇ ਵਰਗਾਂ ਨੂੰ ਬਰਾਬਰ ਦੇ ਹੱਕ ਵੀ ਮਿਲਣ, ਧਾਰਮਿਕ ਆਜ਼ਾਦੀ ਵੀ ਮਿਲੇ ਅਤੇ ਜਿਹੜੇ ਲੋਕ ਜ਼ੁਲਮ ਅਤੇ ਬੇਇਨਸਾਫੀ ਕਰਨ ਵਾਲੇ ਨੇ ਉਹਨਾਂ ਨੂੰ ਸਜ਼ਾਵਾਂ ਵੀ ਮਿਲਣ। ਤਵਾ ਜੀ ਆਖਦੀ ਆ ਕਿ ਜਿਹੜਾ ਬਹਾਦਰ ਸ਼ਾਹ ਸੀ, ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਜਿਹੜੇ 42 ਵੱਖ ਵੱਖ ਉਹ ਲੋਕ ਜਿਨ੍ਹਾਂ ਨੇ ਸੱਚੇ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਦੇ ਵਿੱਚ ਜਾਂ ਸਿੱਖ ਕੌਮ ਦਾ ਮਲੀਆ ਮੇਟ ਕਰਨ ਦੇ ਵਿੱਚ ਵੱਡੇ ਯੋਗਦਾਨ ਪਾਏ ਨੇ ਉਹਨਾਂ ਨੂੰ ਅਸੀਂ ਸਜ਼ਾ ਦੇਵਾਂਗੇ। ਇਸਲਾਮ ਦੇ ਵਿੱਚ ਇਹਨੂੰ ਕਹਿੰਦੇ ਨੇ ਕਿਸਾਸ। ਕਿਸਾਸ ਦਾ ਮਤਲਬ ਹੁੰਦਾ ਕਿ ਜਦੋਂ ਕੋਈ ਕਿਸੇ ਦੇ ਪਰਿਵਾਰ ਦੇ ਜੀ ਨੂੰ ਜਾਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਜਾਂ ਕਿਸੇ ਸੱਜਣ ਮਿੱਤਰ ਨੂੰ ਕੋਈ ਕਤਲ ਕਰ ਦੇਵੇ ਤਾਂ ਜਿਹਨੇ ਕਤਲ ਕੀਤਾ ਹੈ ਉਹ ਉਹਦੇ ਬਦਲੇ ਦੇ ਵਿੱਚ ਜਿਸ ਨੂੰ ਸਜ਼ਾ ਦਿੱਤੀ ਜਾਣੀ ਹੈ, ਜਿਹਨੇ ਕਤਲ ਕੀਤਾ ਹੈ ਉਹਨੂੰ ਜਿਹੜੀ ਸਜ਼ਾ ਮਿਲਣੀ ਉਹਦੇ ਬਦਲੇ ਦੇ ਵਿੱਚ ਉਹ ਉਹਨਾਂ ਬਰਾਬਰ ਦੇ ਉੱਤੇ ਜਾਂ ਤਾਂ ਉਹਨੂੰ ਮਾਰ ਦਿੱਤਾ ਜਾਵੇ ਜਾਂ ਉਹਦੇ ਬਰਾਬਰ ਦੇ ਉੱਤੇ ਕੋਈ ਉਹ ਇਨਾਮ ਦਿੱਤੇ ਜਾਣ ਜਾਂ ਖੂਨ ਦਿੱਤਾ ਜਾਵੇ। ਇਹਨੂੰ ਕਹਿੰਦੇ ਨੇ ਕਿਸਾਸ। ਕਿਸਾਸ ਦੇ ਤਹਿਤ ਬਹਾਦਰ ਸ਼ਾਹ ਨੇ ਆਖਿਆ ਸੀ ਕਿ ਜਿਹੜੇ 42 ਲੋਕ ਆ ਉਹਦੇ ਵਿੱਚ ਵਜ਼ੀਰ ਖਾਨ ਵੀ ਆਉਂਦਾ, ਉਹਦੇ ਵਿੱਚ ਸੁੱਚਾਨੰਦ ਖੱਤਰੀ ਵੀ ਆਉਂਦਾ, ਉਹਦੇ ਵਿੱਚ ਗੰਗੂ ਵੀ ਆਉਂਦਾ, ਉਹਦੇ ਵਿੱਚ ਪਹਾੜੀ ਰਾਜੇ ਵੀ ਕਾਫੀ ਸਾਰੇ ਆਉਂਦੇ ਆ, ਵੀ ਇਹ ਜਿਹੜੇ ਲੋਕ ਆ ਇਹਨਾਂ ਨੂੰ ਕਿਸਾਸ ਦੇ ਤਹਿਤ ਸਿੱਖਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਸਿੱਖ ਜਿਵੇਂ ਚਾਹੁਣ ਉਹ ਇਹਨਾਂ ਨੂੰ ਸਜ਼ਾ ਦੇਣਗੇ। ਜਿਵੇਂ ਇਸਲਾਮ ਦੇ ਵਿੱਚ ਕਿਸਾਸ ਚੱਲਦਾ ਸੀ ਵੀ ਜਿਨ੍ਹਾਂ ਦਾ ਕੋਈ ਜੀ ਦੁਨੀਆਂ ਤੋਂ ਗਿਆ ਅਤੇ ਜਿਹਨੇ ਕਤਲ ਕੀਤਾ ਉਹਨੂੰ ਉਹਨਾਂ ਦੇ ਹਵਾਲੇ ਕਰ ਦੇਣਾ, ਜਿਹੜੇ ਉਹ ਕਤਲ ਹੋਣ ਵਾਲੇ ਦੇ ਜਾਂ ਜਿਹੜੇ
दुनिया तो गया उहदे जिहड़े सज्जण मित्र जां परिवार वाले ने। पर बाजां वाले पातशाह ने वेख्या सी कि जिहड़ा बहादुर शाह वा इह इस वादे तो मुकरिया वा ते उहने कोई भी कार्रवाई नहीं कीती जो वजीर खान जां पहाड़ी राजां दे खिलाफ करनी चाहीदी आ। ਤਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਨੂੰ ਤੋਰਿਆ ਸੀ। ਪੰਜ ਤੀਰ ਵੀ ਦਿੱਤੇ, ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਉਹ ਚੱਲੇ ਨੇ। ਰਸਤੇ ਦੇ ਵਿੱਚ ਇਤਿਹਾਸ ਕਹਿੰਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸਭ ਤੋਂ ਪਹਿਲਾਂ ਹਥਿਆਰਾਂ ਦੇ ਨਾਲ ਜਿਹੜੀ ਮਦਦ ਆ ਉਹ ਸਿਕਲੀਗੜ ਸਿੱਖਾਂ ਨੇ ਕੀਤੀ ਸੀ, ਜਿਨ੍ਹਾਂ ਨੂੰ ਵਣਜਾਰੇ ਵੀ ਕਹਿੰਦੇ ਆ। ਖੈਰ, ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੀ ਧਰਤੀ 'ਤੇ ਆਣ ਕੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਵਜ਼ੀਰ ਖਾਨ ਨੂੰ ਹਰਾਇਆ, ਉਹਦੀ ਲਾਸ਼ ਨੂੰ ਧੂ ਕੇ ਸਰਹੰਦ ਲੈ ਗਏ, ਸਰਹੰਦ ਨੂੰ ਫਤਿਹ ਕੀਤਾ, ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖੀ ਨੂੰ ਖਤਮ ਕਰਨ ਦੀ ਗੱਲ ਚੱਲੀ ਸੀ, ਉੱਥੇ ਉਹਨਾਂ ਨੇ ਫਤਿਹਗੜ੍ਹ ਸਾਹਿਬ ਕਾਇਮ ਕੀਤਾ। ਸਮਾਣਾ, ਸੰਢੌਰਾ ਇਹਦੇ ਤੋਂ ਪਹਿਲਾਂ ਹੀ ਉਹ ਫਤਿਹ ਕਰ ਚੁੱਕੇ ਸੀ। ਫਿਰ ਉਹਨਾਂ ਨੇ ਦੇਗੋ ਤੇਗੋ ਫਤਿਹ, ਨੁਸਰਤ ਬੇਦ ਰੰਗ, ਜ਼ਾਫਤ ਅਜ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਦੇ ਨਾਮ 'ਤੇ ਸਿੱਕਾ ਜਾਰੀ ਕੀਤਾ, ਜੋ ਰਾਜ ਭਾਗ ਦੀਆਂ ਜ਼ਰੂਰੀ ਨਿਸ਼ਾਨੀਆਂ ਸਿੱਕਾ, ਫੌਜ਼ ਅਤੇ ਰਾਜਧਾਨੀ ਲੋਹਗੜ੍ਹ ਉਹ ਕਾਇਮ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਥੋੜ੍ਹੇ ਸਮੇਂ ਭਾਵੇਂ ਰਾਜ ਕੀਤਾ, ਪਰ ਇਸ ਥੋੜ੍ਹੇ ਸਮੇਂ ਦੇ ਰਾਜ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਸਦੀਆਂ ਤੋਂ ਲਤਾੜਿਆ ਗਿਆ, ਜਿਨ੍ਹਾਂ ਨੂੰ ਗੁਲਾਮ ਬਣਾਇਆ ਗਿਆ, ਉਹਨਾਂ ਨੂੰ ਵੱਡੇ ਵੱਡੇ ਅਹੁਦੇ ਬਖਸ਼ੇ, ਅਤੇ ਖਾਸ ਕਰਕੇ ਜਿਹੜੇ ਜ਼ਮੀਨਾਂ ਨੂੰ ਵਾਹੁੰਦੇ ਸੀ ਹਲਵਾਕ, ਜਿਨ੍ਹਾਂ ਨੂੰ ਮੁਜ਼ਰੇ ਕਿਹਾ ਜਾਂਦਾ ਸੀ, ਪਰ ਉਹ ਜ਼ਮੀਨਾਂ ਦੇ ਮਾਲਕ ਨਹੀਂ ਹੁੰਦੇ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਗੀਰਦਾਰੂ ਪ੍ਰਥਾ ਨੂੰ ਖਤਮ ਕਰਕੇ ਹਲਵਾਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੇ ਵਿੱਚ ਸਾਰੇ ਵਰਗ ਜਿਹੜੇ ਸੀ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਧੱਕਾ, ਬੇਇਨਸਾਫੀ ਜਾਂ ਅਨਿਆਂ ਨਹੀਂ ਸੀ ਕੀਤਾ ਜਾਂਦਾ। ਪਰ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਅਜੇ ਕਾਇਮ ਹੋਏ ਨੂੰ ਬਹੁਤਾ ਸਮਾਂ ਨਹੀਂ ਹੋਇਆ ਅਤੇ ਦਿੱਲੀ ਦੇ ਵਿੱਚ ਮੁਗਲ ਹਕੂਮਤ ਅਜੇ ਬਹੁਤ ਤਾਕਤਵਰ ਧਿਰ ਸੀ, ਇਸ ਕਰਕੇ ਜਿਹੜਾ ਬਹਾਦਰ ਸ਼ਾਹ ਵਾ ਉਹਨੇ ਤਗੜੀਆਂ ਫੌਜਾਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੇ ਵਿੱਚ ਫੜਨ ਦੇ ਲਈ ਭੇਜਿਆ। ਕਈ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਮੁਗਲੀਆਂ ਫੌਜਾਂ ਦਾ ਆਪਸ ਵਿੱਚ ਆਹਮੋ ਸਾਹਮਣਾ ਹੁੰਦਾ, ਪਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਗੁਰੂ ਕੇ ਸਿੱਖ ਹਰ ਵਾਰੀ ਉਹਨਾਂ ਦਾ ਮੂੰਹ ਤੋੜ ਜਵਾਬ ਦਿੰਦੇ ਰਹੇ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਬਾਬਾ ਵਿਨੋਦ ਸਿੰਘ ਹੋਣੀ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਰਦਾਰ ਆਲੀ ਸਿੰਘ, ਸਰਦਾਰ ਮਾਲੀ ਸਿੰਘ ਵਰਗੇ, ਭਾਈ ਹਾਠੂ ਸਿੰਘ ਵਰਗੇ ਬੜੇ ਬੜੇ ਯੋਧੇ ਜਿਹੜੇ ਆ ਉਹ ਨਾਲ ਕਾਇਮ ਹੈਗੇ ਸੀ। ਅਖੀਰ ਫਰਵਰੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀ ਜਿਹੜੇ ਨੇ ਉਹ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਸਨ ਕਿ ਗੁਰਦਾਸ ਨੰਗਲ ਦੀ ਗੜੀ ਨੂੰ ਘੇਰਾ ਪੈ ਗਿਆ। ਇਬਰਤਨਾਮੇ ਦਾ ਜਿਹੜਾ ਕਰਤਾ ਵਾ ਮੁਹੰਮਦ ਕਾਸਮ ਲਿਖਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜੇ ਅੰਦਰ ਸਿੰਘ ਕੈਦ ਹੋਏ ਨੇ 8-9 ਮਹੀਨੇ, ਜਦੋਂ ਘੇਰਾ ਪਿਆ ਰਿਹਾ, ਅੰਦਰ ਖਾਣ ਪੀਣ ਦੇ ਲਈ ਕੁਛ ਨਹੀਂ ਸੀ, ਅੰਦਰ ਸਾਰਾ ਕੁਛ ਮੁੱਕ ਗਿਆ, ਕਈ ਭੁੱਖ ਦੇ ਨਾਲ ਵੀ ਮਰਨ ਲੱਗੇ, ਪਰ ਸਿੱਖਾਂ ਦੇ ਜਿਹੜੇ ਹੌਸਲੇ ਆ ਉਹਦੇ ਵਿੱਚ ਕੋਈ ਕਮੀ ਨਹੀਂ। ਸਿੱਖਾਂ ਦੇ ਅੰਦਰ ਜਿਹੜੇ ਸਬਰ ਦੀ ਗੱਲ ਆ, ਸੰਤੋਖ ਦੀ ਗੱਲ ਆ, ਉਹ ਅੱਤ ਦੇ ਦੁੱਖਾਂ ਦੇ ਵਿੱਚ ਵੀ ਪੂਰੇ ਕਾਇਮ ਸਨ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਸਾਥੀਆਂ ਨੂੰ ਦਸੰਬਰ 1715 ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰਕੇ ਸਾਥੀਆਂ ਦੇ ਸਮੇਤ ਇੱਥੋਂ ਪਹਿਲਾਂ ਲਾਹੌਰ ਲਿਜਾਇਆ ਗਿਆ, ਲਾਹੌਰ ਤੋਂ ਫਿਰ ਸਰਹੰਦ ਅਤੇ ਸਰਹੰਦ ਤੋਂ ਦਿੱਲੀ। ਇਹਨੂੰ ਇੱਕ ਅਨੋਖੇ ਜਲੂਸ ਦੀ ਸ਼ਕਲ ਦੇ ਵਿੱਚ ਲਿਜਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਤੋਂ ਕਿਉਂਕਿ ਮੁਗਲੀਆ ਹਕੂਮਤ ਡਰਦੀ ਬਹੁਤ ਸੀ, ਇਸ ਕਰਕੇ ਉਹਨਾਂ ਨੂੰ ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਬੰਦ ਕੀਤਾ ਸੀ ਅਤੇ ਫਿਰ ਉਹਨਾਂ ਨੂੰ ਸੰਗਲਾਂ ਦੇ ਨਾਲ ਨੂੜਿਆ ਸੀ। ਦੋ ਤਲਵਾਰਧਾਰੀ ਬੰਦੇ ਉਹਨਾਂ ਦੇ ਸਿਰ ਉੱਤੇ ਖੜ੍ਹੇ ਸੀ ਵੀ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਨੇ ਉਹ ਸਾਡੇ ਕੋਲੋਂ ਛੁੱਟ ਨਾ ਜਾਣ। ਇਹ ਜਿਹੜਾ ਅਨੋਖਾ ਜਲੂਸ ਆ ਜਦੋਂ ਸੜਕਾਂ ਤੋਂ ਨਿਕਲ ਰਿਹਾ ਸੀ, ਬੜੇ ਲੋਕਾਂ ਨੇ ਜਿਹੜੇ ਕਿ ਸਿੱਖ ਰਾਜ ਤੋਂ ਦੁਖੀ ਸਨ ਜਾਂ ਜਿਨ੍ਹਾਂ ਨੂੰ ਸਿੱਖ ਰਾਜ ਚੰਗਾ ਨਹੀਂ ਲੱਗਦਾ, ਮੁਤਸਬੀ ਲੋਕਾਂ ਨੂੰ, ਉਹਨਾਂ ਨੇ ਬਹੁਤ ਬੁਰੇ ਭਲੇ ਸ਼ਬਦ ਆਖੇ, ਕਈ ਰਾਹ ਦੇ ਵਿੱਚ ਗਲੀਆਂ ਸੜੀਆਂ ਚੀਜ਼ਾਂ ਸਿੱਖਾਂ ਵੱਲ ਭਗਾ ਭਗਾ ਮਾਰੀਆਂ। ਪਰ ਜਿਹੜੇ ਗੈਰ ਸਿੱਖ ਲਿਖਾਰੀ ਵੀ ਨੇ, ਮੁਸਲਮਾਨ ਖਾਸ ਕਰਕੇ ਮੁਹੰਮਦ ਕਾਸਮ ਵਰਗੇ, ਇਬਰਤਨਾਮੇ ਦੇ ਕਰਤਾ ਲਿਖਦਾ ਕਿ ਇੱਕ ਵੀ ਸਿੱਖ ਦੇ ਚਿਹਰੇ ਦੇ ਉੱਤੇ ਕੋਈ ਡਰ ਨਹੀਂ ਸੀ, ਖੌਫ ਨਹੀਂ ਸੀ, ਲੋਕ ਬੁਰਾ ਭਲਾ ਕਹਿ ਰਹੇ ਸੀ, ਪਰ ਉਹ ਕਹਿੰਦੇ ਸੀ ਵੀ ਇਹ ਰੱਬ ਦੀ ਰਜ਼ਾ ਵਾ, ਤਖ਼ਤ ਉੱਤੇ ਵੀ ਉਹਨੇ ਬਾਲਿਆ ਅਤੇ ਅੱਜ ਤਖ਼ਤੇ ਵੱਲ ਵੀ ਉਹਦੀ ਰਜ਼ਾ ਦੇ ਵਿੱਚ ਹੀ ਜਾ ਰਹੇ ਹਾਂ। ਅਨੋਖਾ ਜਲੂਸ ਦਿੱਲੀ ਦੀ ਧਰਤੀ 'ਤੇ ਜਾਂਦਾ। ਦਿੱਲੀ ਦੀ ਧਰਤੀ ਦੇ ਉੱਤੇ ਸਿੱਖਾਂ ਨੂੰ ਈਨ ਮਨਾਉਣ ਦੇ ਵਾਸਤੇ ਹਰ ਤਰੀਕਾ ਵਰਤਿਆ ਗਿਆ। ਇਹ ਚੇਤੇ ਦੇ ਵਿੱਚ ਰੱਖਣਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦਾ ਪਹਿਲਾ ਬਾਦਸ਼ਾਹ, ਜਿਹਨੇ ਸਭ ਤੋਂ ਪਹਿਲਾਂ ਸਿੱਖਾਂ ਦਾ ਸਿੱਕਾ ਜਾਰੀ ਕੀਤਾ ਵਾ, ਦੇਗੋ ਤੇਗੋ ਫਤਿਹ, ਨੁਸਰਤ ਬੇਦ ਰੰਗ, ਜ਼ਾਫਤ ਅਜ ਨਾਨਕ, ਗੁਰੂ ਗੋਬਿੰਦ ਸਿੰਘ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਇਹ ਪੇਸ਼ਕਸ਼ ਸੀ ਕਿ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ, ਤੁਹਾਡੀ ਜਾਨ ਬਖਸ਼ੀ ਕਰ ਦਿੱਤੀ ਜਾਊਗੀ। ਉਹਨਾਂ ਦੇ ਸਾਥੀਆਂ ਦੇ ਸਾਹਮਣੇ ਇਹ ਪੇਸ਼ਕਸ਼ ਸੀ, ਫਿਰ ਉਹਨਾਂ ਦੇ ਸਾਹਮਣੇ ਇਹ ਵੀ ਪੇਸ਼ਕਸ਼ ਸੀ
कि तुसी ये मनो कि जो तुसी कीता गलत कीता, पर बाबा बंदा सिंह बहादुर अते उन्हां दे जिहड़े साथी सी उन्हां ने आख्या कि सिखी जान तो प्यारी आ। दूजा असी जो कीता गुरु नानक गुरु गोबिंद सिंह सच्चे पातशाह दा हुक्म आ कि इन गरीब सिखन को दिउ पातशाही याद रखे हमरी गुरियाई। सिख कौम बनी इत्थे राज करन वास्ते, इस करके असी इत्थे राज करांगे। बाबा बंदा सिंह बहादुर ते उन्हां दे साथियां दे विच खौफ पैदा करन दे वास्ते हर रोज दिल्ली दी धरती ते 100 सिख कतल किया जाता वा। उन्होंने कतार दे विच खड़ा किया जाता, उहदे तो बाद जलाद उन्हां दा सिर धड़ दे नालों अलग करदा। पर इन्ने सिख कतल किए जा रहे ही, एक भी सिख ने हार नहीं मनी। उत्थे दो तीन घटनावां बड़ियां अहम हुईयां जिन्हां नूं के मुसलमान इतिहासकारां ने लिखिया। कहिंदे भी जदों सिख जदों फड़े गए आ ते इन्हां दे नाल वख वख इलाकियां दे विचों भी सिख नौजवानां नूं फड़िया गया तां कि वड्डी गिणती दिखाई जावे कि सिख जिहड़े ने उह दुनिया तों खत्म हो गए आ। इन्हां फड़े गए सिखां दे विच एक 14-15 सालां दा नौजवान सिख हैगा ही। उहदी मां जिहड़ी ही किसे ना किसे तरीके नाल फरकशीर कोल गई कि मेरा पुत जिहड़ा वा उह ते सिख नहीं हैगा, ते भुलेखे दे नाल फड़िया गया वा। उहदा अजे नवां विआह होया वा, उहदी घरवाली उहदी नवीं जिहड़ी वोटी आ बेगम उह वी नाल गई। उहने वी जाके फरियाद कीती ते जदों फरकशीर ने आख्या भी ठीक आ कि तेरा पुत जिहड़ा वा उह जे फड़िया गया गलती दे नाल, ते उहने इक चिट्ठी लिखती भी जे इहदा पुत कह दे कि मैं गुरू दा सिख नहीं आ, मैं गलती दे नाल फड़िया गया, ते उहनूं छड्ड दित्ता जावे। उहदी मां खुशी खुशी ये चिट्ठी लै के उत्थे गई जिथे जलाद सिंघां नूं शहीद कर रहा है, ते कहिंदे भी उह नौजवान जिहड़ा कतार दे विच लगा होया है। ये गल गैर सिख इतिहासकारां ने लिखी आ। उह कतार दे विच लगा ही, ते जदों जाके चिट्ठी दित्ती उहदी मां ने कि मेरा पुत जिहड़ा वा सिख नहीं आ, गलती दे नाल फड़िया गया, ते इहनूं छड्ड दित्ता जावे। उह जलाद ने उहनूं अलग करता कतार दे विचों, ते उह सिख ने पुछया भी मैनूं क्यों इह कतार तों तुसीं दूर करता, अड करता बाकी सिंघां तों। उह कहिंदे भी तेरी फरमाइश आ गई आ भई तैनूं रिहा कर देना वा, बस तूं इन्नी गल कह दे कि मैं गुरू दा सिख नहीं आ, गुरु गोबिंद सिंह मेरे गुरु नहीं आ, ते मैनूं गलती दे नाल फड़ लिया। उह सिख कहिण लगा कि नहीं, मैं गुरु नानक गुरु गोबिंद सिंह जी दा सिख हाँ, मैं कदी भी नहीं कह सकता कि मैं गुरु दा सिख नहीं हाँ, मैं गुरु दा पक्का सिख हाँ, मैनूं जल्दी शहीद करो, मेरी माँ झूठ बोलदी आ। सामने उहदी माँ तरले करदी आ कि तू पुत एक वारी कह दे कि मैं गुरु दा सिख नहीं, तेरी जान बख्शी जाऊगी। पर उह सिख नौजवान ने आख्या कि नहीं, मैं गुरु दा पक्का सिख हाँ, ते मैनूं जल्दी शहीद करो, मैनूं मेरे भरावां तों दूर ना करो। गैर सिख इतिहासकार भी लिखते आ कि उस सिख दे सामने ये राह हैगा वा कि वो ये कह दे मैं गुरु दा सिख नहीं हैगा, ते उहदी जान बख्शी जा सकती आ, जान बख्शी जानी आ, पर वो फिर भी मौत दा राह चुन के कहिंदा मैं गुरु दा सिख हाँ, ते मैनूं जल्दी शहीद करो। बाद विच उहनूं शहीद कर दिता गया। इतिहास दीआं इह घटनावां दसदीआं कि उदों सिखां दे विच जिहड़ी सिखी दी भावना वा उह किन्नी कुट कुट के भरी होई आ। फिर बाबा बंदा सिंह बहादुर नूं तसीहे दिते जा रहे आ, उहनां दा मास जिहड़ा वा जंबूरां दे नाल खिचिया जा रहा वा, उहनां दीआं अखां तक बाहर कढ दित्तियां गईआं, उह धरती दे उत्ते निढाल पए आ। ते दिल्ली दे कुछ जिहड़े मौलवी काजी ते इस्लाम दे विद्वान सी, उहनां ने उत्थों दे हाकमां दे नाल सलाह कीती कि असीं सुणिआ कि बंदा सिंह बहादुर करामाती आ, ते असीं चाहुंदे आ कि असीं बाबा बंदा सिंह बहादुर दी कोई करामात वेखीए, सानूं बंदा सिंह नूं मिलण दी इजाजत दित्ती जावे। इह जिहड़ा मुसलमानां दे विद्वानां दा वफद हैगा सी, इह उचेचे तौर दे उत्ते समां लै के सरकार कोलों बाबा बंदा सिंह बहादुर नूं मिलण गिआ। बाबा बंदा सिंह बहादुर धरती ते निढाल पए आ, ते उह वफद ने जाके आख्या कि बंदा सिंह असीं सुणिआ तूं करामाती आ, ते हुण तूं रहिणा ते है नहीं दुनिया ते, तूं सानूं कोई करामात दिखा। बाबा बंदा सिंह बहादुर कहण लगा कि तुसीं अजे तक कोई करामात देखी नहीं, करामात ते रोज़ वरत रही इत्थे। उह कहण लगे नहीं, असीं कोई करामात नहीं वेखी, असीं चाहुंदे हां कि तेरे बारे ये प्रसिद्ध आ तूं करामाती आ, क्योंकि उहनां दे वास्ते ये करामात तों घट गल नहीं ही। जिहड़ा राज भाग कई सदियां तों हिंदुस्तान दे विच स्थापित आ, जिहड़ी अजित हकूमत आ, जिन्हें राजपूतां दे राज भाग नूं खा लिया, पहाड़ी राजिआं नूं अपने थले ला लिया मुगलिया हकूमत ने, जिन्हें मराठियां दा राज भाग भी नहीं छड्डिया, सारे पासे जिन्हां दे राज दे झंडे झूलदे होण, ते इक कौम जिहड़ी मुठ्ठी भर आ,
जिहदा जन्म कोई अजे बहुता समा नहीं होया, 300 साल ही होया है गुरु नानक पातशाह तो लैके 239 साल अजे होए ही, तो 240 सालों के विच ही सिख इत्थे राज कर जाण, वजीर खान सूबा सरहद नूं मार देण, अपना सिक्का चालू कर देण, अपना निशान साहब अपना कौमी झंडा जला देण, अपनी राजधानी बना जाण, अपनी फौज कायम कर जाण। वह काजी ते मौलवियां नूं ये लगदा ही कि यह करामात आ, बंदा सिंह बहादुर ने कोई करामात की तां इदां होया। तो काजी कहिंदे कि बंदा सिंह कोई करामात दिखा, कहिंदे बंदा सिंह निडाल पिया ही धरती ते उठ खलोता, तो उठ के उन्हें आख्या भी मेरी गल सुनो एक काजी कि रोज़ तुसी किन्ने सिखां नूं शहीद करदे हो। तो जलाद ने आख्या भी रोज़ ही इन्हां दे सामने 100 सिख शहीद किया जाता। बाबा बंदा सिंह बहादुर ने आख्या भी उन्हां नूं की आखदे हो तुसी? जलाद कहिंदा कि उन्हां दे सामने आख्या जाता कि दो गल्लां करो तुसी, जां ते सिखी छड्डो, इस्लाम नूं कबूल कर लो, तुहानूं असीं बहुत कुछ रहन सहन दे लई भी दवांगे, तुहानूं बहुत कुछ पैसा मिलेगा, ताड़ी जान बख्शी जाऊगी। तो बाबा बंदा सिंह बहादुर ने आख्या भी किसी ने सिखी छड्ड के इस्लाम नूं कबूल किया? कहिंदे नहीं। फिर दूजी गल रखी जाती कि तुसीं ये आखो कि असी जो किया गलत किया, तो बाबा बंदा सिंह बहादुर ने आख्या भी किसी सिख ने आख्या भी गलत किया? वो तो सगों कहिंदे माण दे नाल कहिंदे आ भी असी गुरु नानक पातशाह गुरु गोबिंद सिंह दे हुक्मां दे तहत जो किया असी ठीक किया, राज कायम करना गुरु का हुक्म आ, तां करके राज कायम किया, तो आने वाली साड़ियां पीढ़ियां भी यही करनगियां। बाबा बंदा सिंह बहादुर ने आख्या काजी साहब हर रोज़ तुसी 100 साडा सिख शहीद करते हो, को के मारते हो, उन्होंने सामने जान बख्शी का एक राह है, जान बच सकती आ, पर फिर भी किसी ने नहीं आख्या कि मैं इस्लाम कबूल करदा वा तो मैनू छड़ दो, तुसी मेरी जान बख्श दो। सगों कह रहे आ कि सानू जल्दी शहीद करो, मौत सामने आ, बचण दा राह वा, पर फिर भी किसी सिख ने जान की भीख नहीं मंगी, मौत नू सामने वेख के चढ़दी कला दे विच रहे आ, हस हस के मौत नू कबूल किया, शहादत दे उच्चे दर्जे ते पहुंचे आ, ते इहदे तों वड्डी करामात होर की हो सकती आ? मौत सामने होवे ते मौत तों डरिए ना, गुरु दे आसरे ते मौत नू मखौलां करिए, मौत नू गले ला लईए, जिंदगी जीण दा इक साधन बचिया होवे राह, पर वह असी अपनाइए ना, सगों सिखी ते कायम रहिंदे आ, मौत नू कबूल करिए। काजी साहब इहदे तों वड्डी करामात होर किहड़ी हो सकती आ? इहो ही करामात आ। तो यह सारी करामात सिखां ने दिल्ली की धरती ते इन्हां दिनां दे विच जून महीने दे विच सन 1716 ईस्वी दे विच वरताई आ। बाबा बंदा सिंह बहादुर नूं अखीर उन्हां दा 4 सालां दा बच्चा सी बाबा अजय सिंह, उहनूं लिआंदा गया, ते बाबा अजय सिंह दा कलेजा जलाद ने तिखी छुरी दे नाल चीर के बाहर कढ़िया, ते तड़फदा कलेजा बाबा बंदा सिंह बहादुर दे मूँह दे विच तुन दित्ता गया कि शायद अपने पुत नूं मरदियां वेख के बाबा बंदा सिंह बहादुर डोल जूगा। पर सिख कौम दा पहला बेताज बादशाह बाबा बंदा सिंह बहादुर, उन्हें अपने पुत दा तड़फदा कलेजा भी मूँह दे विच पा लिया, पर वह डोलिया नहीं हैगा। जंबूरां दे नाल मास खिंच दिता गया, अखां बाहर कढ दित्तियां गईयां, को के बाबा बंदा सिंह बहादुर ते उन्हां दे साथियां नूं शहीद करता। पर बाबा बंदा सिंह बहादुर जिहड़ा वा उह ना डरदे आ, ना घबराउंदे आ, हस हस के उन्होंने शहादत नूं प्राप्त किया वा। बाबा बंदा सिंह बहादुर की शहादत तो बाद सिख कौम टिक के नहीं बैठी। वेखो बड़ी वड्डी गल आ, तुसीं राजभाग कायम किया, ते राजभाग कायम करन दे 5 साल बाद ही तुहाडे बादशाह उहदे साथियां नूं शहीद कर दिता जावे बहुत तसीहे दे के। इहदे विचों वह मानते सी भी कौम डर जूगी, कौम घबरा जूगी, पर बाबा बंदा सिंह बहादुर की शहादत ने सिखां दे विच एक नवा जीवन पैदा किया। जिवें कहिंदे आ ना भी शहीद की जो मौत है वो कौम की हयात है, कि शहीद की मौत मौत नहीं हुंदी, कौम दे लई अमृत हुंदा है, अमृत जिहड़ा मुरदियां नूं जिंदा कर दिंदा। बाबा बंदा सिंह बहादुर ते उहनां दे साथी बाबा आली सिंह, बाबा माली सिंह, भाई फतेह सिंह अते होर जिहड़े सिख आ, इन्हां दी शहादत ने कौम दे विच नवां जज्बा पैदा किया, ते सिख कौम जिहड़ी आ फेर तों जिहड़ी जुल्मी हकूमत सी मुगलिया हकूमत उहदे खिलाफ डट गई आ, उहदे खिलाफ
अड़ गई आ ते बाद विच उन्होंने सिख मिसलां भी कायम कीतियां। दल खालसा पहला कायम हुंदा उहदे तों बाद सिख कौम अपने राज भाग दे वल वधदी भी आ। तो बाबा बंदा सिंह बहादुर की शहादत सानूं इह दसदी आ कि जिवें करबला के बाद इस्लाम है, मानदना कि हर करबला के बाद इस्लाम जिंदा होता है। सिख ये मानते ने कि हर शहादत तो बाद सिख जिहड़े ने अपने राज भाग वल ते गुरु दे दित्ते हुए जिहड़े सिद्धांत ने उन्हां नूं अपनाउण वाले पासे तुर पैंदे आ ते सिखां ने उह कीता भी आ। तो बाबा बंदा सिंह बहादुर की शहादत बड़ी ज़्यादा लासानी आ, बड़ी अदुती आ, जिन्हां ने कोई परवाह नहीं की, बहुत तसीहे झल के भी उन्होंने अपनी जान कुर्बान करती। पर उन्होंने दसता कि जो गुरु साहब ने सानू हुक्म किए आ, जाओ तो प्रेम खिलन का चाओ, सिर धर तली गली मेरी आओ, इत मार्ग पैर तरीजै सिर दीजै काण ना कीजै। काण का मतलब आ मुथाजी कि गुरु नानक पातशाह दे राह ते उही चल सकदा जिहड़ा सीस ते दे सकदा वा, पर किसी की मुथाजी नहीं करता, गुलामी स्वीकार नहीं करता। बाबा बंदा सिंह बहादुर ते उन्हां दी शहादत हमेशा ही सिख कौम नू सेध देंदी रहूगी ते सिख कौम अपने इन्हां शहीदां दा हमेशा आदर माण सत्कार करदी रहूगी। सतगुरु जी कृपा करन, मेहर करन, असीं भी अपने इन्हां शहीदां नू याद रखीए, आउण वालियां पीढ़ियां नू दसीए कि किवें बाबा बंदा सिंह बहादुर की अगवाई दे विच मुठ्ठी भर सिखा ने मुगलिया हकूमत नू लक तोड़वीं हार दे के इत्थे एक आजाद राज कायम किया। वाहिगुरू जी का खालसा, वाहिगुरू जी की।